ਹਾਂਜੀ ਸਟੂਡੈਂਟਸ, ਵੈਲਕਮ ਕਰਦੇ ਹਾਂ ਤੁਹਾਡਾ ਤੂਰ ਸਟੱਡੀ ਕਲਾਸ ਯੂਟਿਊਬ ਚੈਨਲ ਦੇ ਵਿੱਚ। ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਜਿਹੜੇ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸਟੂਡੈਂਟਸ ਦੇ ਲਈ ਜਿਹੜੇ ਕਿ ਬੀ ਏ ਸਮੈਸਟਰ ਥਰਡ ਫਿਜ਼ੀਕਲ ਐਜੂਕੇਸ਼ਨ ਸਰੀਰਕ ਸਿੱਖਿਆ ਦੇ ਜਿਹੜੇ ਕਿ ਆਪਾਂ ਪ੍ਰੀਵੀਅਸ ਈਅਰ ਕੁਸ਼ਚਨ ਪੇਪਰ ਮਤਲਬ ਕਿ ਪ੍ਰੀਵੀਅਸ ਈਅਰ ਦੇ ਜਿਹੜੇ ਕਿ ਇੰਪੋਰਟੈਂਟ ਕੁਸ਼ਚਨਸ ਜਿਹੜੇ ਪਹਿਲਾਂ ਇਗਜ਼ਾਮਸ ਦੇ ਵਿੱਚ ਆ ਚੁੱਕੇ ਨੇ, ਲੌਂਗ ਐਂਡ ਸ਼ੋਰਟ, ਠੀਕ ਹੈ। ਅਤੇ ਇਹ ਬੋਥ ਮੀਡੀਅਮ 'ਚ ਹੋਣਗੇ, ਇੰਗਲਿਸ਼ ਮੀਡੀਅਮ 'ਚ ਵੀ ਮੈਂ ਤੁਹਾਨੂੰ ਦੱਸੂੰਗੀ, ਪੰਜਾਬੀ ਮੀਡੀਅਮ 'ਚ ਵੀ ਦੱਸੂੰਗੀ। ਆਪਾਂ ਕਰਾਂਗੇ 2015 ਤੋਂ ਲੈ ਕੇ 2023 ਤੱਕ ਜਿਹੜੇ ਕੁਸ਼ਚਨਸ ਆਏ ਹੋਏ ਨੇ, ਕਿਉਂਕਿ ਕੁਸ਼ਚਨਸ ਹਮੇਸ਼ਾ ਜਿਹੜੇ ਕਿ ਰਿਪੀਟ ਹੁੰਦੇ ਰਹਿੰਦੇ ਨੇ। ਸੋ ਅਗਰ ਤੁਹਾਨੂੰ ਪਤਾ ਲੱਗ ਜਾਏ ਕਿ ਵੀ ਕਿਹੜਾ ਕੁਸ਼ਚਨ ਜ਼ਿਆਦਾ ਵਾਰ ਆ ਰਿਹਾ, ਤੁਸੀਂ ਉਹੀ ਯਾਦ ਕਰ ਲਓ ਤਾਂ ਬਹੁਤ ਵਧੀਆ ਗੱਲ ਹੁੰਦੀ ਹੈ। ਹਾਂਜੀ, ਯੂਨਿਟ ਫਸਟ ਦੇ ਵਿੱਚ ਹੈ ਕੁਸ਼ਚਨ ਜਿਵੇਂ ਸਿੱਖਣਾ ਕੀ ਹੈ, ਸਿੱਖਣ ਦੇ ਨਿਯਮ ਦੇ ਵਿਸਥਾਰ ਦੇ ਵਿੱਚ ਵਿਆਖਿਆ ਕਰਨਾ, ਵਟ ਇਜ਼ ਲਰਨਿੰਗ, ਡਿਸਕਸ ਲਾਜ ਆਫ ਲਰਨਿੰਗ ਇਨ ਡਿਟੇਲ, ਠੀਕ ਹੈ, ਵੀ ਲਰਨਿੰਗ ਕੀ ਹੈ, ਲਰਨਿੰਗ ਦੇ ਜਿਹੜੇ ਕਿ ਨਿਯਮ ਦੱਸਣੇ ਨੇ ਆਪਾਂ ਨੇ। ਇਹ 2023 ਐਂਡ 15 ਦੇ ਵਿੱਚ ਆਇਆ ਹੋਇਆ। ਅੱਗੇ ਹੈਗਾ ਜਿਹੜਾ 2023-21 ਐਂਡ 16 ਦੇ ਵਿੱਚ ਆਇਆ ਹੋਇਆ, ਕਿਸ਼ੋਰ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੇ ਲਈ ਸਰੀਰਕ ਸਿੱਖਿਆ, ਠੀਕ ਹੈ, ਸਰੀਰਕ ਸਿੱਖਿਆ ਅਤੇ ਖੇਡਾਂ ਦੀ ਭੂਮਿਕਾ, ਕਿਸ਼ੋਰ ਹੋ ਗਏ ਨੌਜਵਾਨ, ਠੀਕ ਹੈ, ਅਡੋਲਸੈਂਸ ਏਜ ਦੇ ਵਿੱਚ ਬੱਚੇ ਨੇ ਜਿਹੜੇ ਕੀ ਸਮੱਸਿਆਵਾਂ ਹੁੰਦੀਆਂ ਨੇ ਉਹਨਾਂ ਨੂੰ ਹੱਲ ਕਰਨ ਦੇ ਵਿੱਚ ਸਿੱਖਿਆ, ਫਿਜ਼ੀਕਲ ਐਜੂਕੇਸ਼ਨ ਕੀ ਹੈਲਪ ਕਰਦੀ ਹੈ, ਅਤੇ ਜਿਹੜੇ ਕਿ ਸਪੋਰਟਸ ਕੀ ਹੈਲਪ ਕਰਦੀ ਹੈ ਇਹ ਵਾਲਾ। ਅੱਗੇ ਹੈ ਮਨੋਵਿਗਿਆਨ ਵਿਸ਼ੇਸ਼ਤਾਵਾਂ ਬਾਰੇ ਦੱਸਣਾ, ਡਿਸਕਸ ਦਾ ਸਾਈਕੋਲੋਜੀਕਲ ਕਰੈਕਟਰਿਸਟਿਕਸ ਇਨ ਡਿਟੇਲ, ਅਤੇ ਸਿੱਖਣ ਦੀ ਅਵਸਥਾ ਕੀ ਹੈ, ਸਿੱਖਣ ਦੀ ਅਵਸਥਾ ਕੀ ਹੈ, ਇਸਦੀਆਂ ਵਿਸ਼ੇਸ਼ਤਾਵਾਂ ਨੂੰ ਵਿਸਥਾਰ ਦੇ ਵਿੱਚ ਦੱਸਣਾ, ਵਟ ਇਜ਼ ਲਰਨਿੰਗ ਕਰਵ, ਰਾਈਟ ਇਟਸ ਕਰੈਕਟਰਿਸਟਿਕਸ ਇਨ ਡਿਟੇਲ, ਠੀਕ ਹੈ, ਇਹ 2022 ਦੇ ਵਿੱਚ ਆਇਆ ਹੋਇਆ। ਅੱਗੇ ਹੈ ਅਧਿਗਮ, ਸਿੱਖਣ ਦੀ ਵੱਕਰ ਅਰਥ ਅਤੇ ਕਿਸਮਾਂ ਦੱਸਣੇ ਨੇ, ਸਿੱਖਣ ਦਾ ਵੱਕਰ ਕੀ ਹੈ, ਸਿਰਫ ਸਿੱਖਿਆ ਦੇ ਖੇਡਾਂ ਵਿੱਚ ਇਸਦੀ ਕੀ ਵਿਸ਼ੇਸ਼ਤਾਵਾਂ ਨੇ, 2015 ਦੇ ਵਿੱਚ ਆਇਆ ਹੋਇਆ। ਵਟ ਇਜ਼ ਲਰਨਿੰਗ ਕਰਵ, ਮਤਲਬ ਕਿ ਤੁਸੀਂ ਇਹਦੇ ਵਿੱਚੋਂ ਜਿਹੜਾ ਕੁਸ਼ਚਨ ਮੇਨ ਕਰਨਾ, ਇੱਕ ਤਾਂ ਸਿੱਖਣਾ ਕੀ ਹੈ ਇਹਦੇ ਨਿਯਮ ਕਰ ਲਓ, ਠੀਕ ਹੈ, ਇੱਕ ਕਿਸ਼ੋਰ ਅਵਸਥਾ ਨੇ ਸਮੱਸਿਆ ਨੂੰ ਹੱਲ ਕਰਨ ਵਾਲੇ ਜਿਹੜੇ ਕਿ ਖੇਡਾਂ ਦੀ ਭੂਮਿਕਾ, ਇੱਕ ਇਹਨੂੰ ਐਂਡ ਚੰਗੇ ਢੰਗ ਦੇ ਨਾਲ ਕਰ ਲਓ, ਇਹ ਦੋ ਕੁਸ਼ਚਨ ਪੱਕੇ ਕਰ ਲਓ, ਠੀਕ ਹੈ। ਉਸ ਤੋਂ ਬਾਅਦ ਲਰਨਿੰਗ ਕਰਵ ਵਾਲਾ, ਇਹਨੂੰ ਇੱਕ ਵਾਰ ਜਸਟ ਰੀਡਿੰਗ ਕਰ ਲਓ ਤਾਂ ਕਿ ਅਗਰ ਅੱਜ ਤੁਸੀਂ ਕਰ ਪਾਓ, ਇਹ ਕਰ ਲਓ ਇਹਨਾਂ ਦੇ ਵਿੱਚੋਂ, ਪਾਰਟ ਏ ਦੇ ਵਿੱਚੋਂ, ਯੂਨਿਟ ਫਸਟ ਦੇ ਵਿੱਚੋਂ। ਹਾਂਜੀ, ਯੂਨਿਟ ਫਸਟ ਦੇ ਵਿੱਚ ਅੱਗੇ ਹੋਰ ਵੀ ਨੇ, ਕਿਸੇ ਅੱਲੜ ਉਮਰ ਦੇ ਮਨੋਵਿਗਿਆਨਿਕ ਵਿਸ਼ੇਸ਼ਤਾ, ਅੱਲੜ ਉਮਰ ਕੀ ਹੁੰਦੀ ਹੈ, ਕਿਸ਼ੋਰ ਅਵਸਥਾਵਾਂ, ਠੀਕ ਹੈ, ਜੇ ਮੈਂ ਤੁਹਾਨੂੰ ਦੱਸਿਆ ਕਿ ਕਿਸ਼ੋਰ ਅਵਸਥਾ ਕੀ ਹੈ, ਇਹਨਾਂ ਨੇ ਕੀ ਸਮੱਸਿਆ ਨੇ, ਕੋਹ ਕਰ ਲਓ ਕਿ ਉਹਨਾਂ ਨੂੰ ਹੱਲ ਕਰਨ ਦੇ ਕੀ ਸੁਝਾਅ ਨੇ ਉਹ ਕਰ ਲਓ। ਅਤੇ ਸਾਈਕੋਲੋਜੀਕਲ ਕਰੈਕਟਰਿਸਟਿਕਸ ਔਫ ਪ੍ਰੋਬਲਮ ਆਫ ਅਡੋਲਸੈਂਸ ਪੀਰੀਅਡ, ਇਹ ਤੁਸੀਂ ਪਹਿਲਾਂ ਵੀ ਕੀਤਾ ਹੁੰਦਾ, ਠੀਕ ਹੈ, 10th ਸਾਇੰਸ 'ਚ ਵੀ ਆਉਂਦਾ ਹੁੰਦਾ ਅਤੇ +2 ਫਿਜ਼ੀਕਲ ਐਜੂਕੇਸ਼ਨ ਦੇ ਵਿੱਚ ਵੀ ਸੀ। ਖੇਡ ਮਨੋਵਿਗਿਆਨ ਨੂੰ ਪ੍ਰਭਾਸ਼ਿਤ ਕਰਨਾ, ਸਰੀਰਕ ਸਿੱਖਿਆ, ਸਰੀਰਕ ਪ੍ਰਦਰਸ਼ਨ ਨੂੰ ਪ੍ਰਭਾਵਿਤ ਕਰਨ ਵਾਲੇ ਮਨੋਵਿਗਿਆਨਿਕ ਕਾਰਕਾਂ ਦੀ ਚਰਚਾ ਕਰਨੀ ਆ, ਡਿਫਾਈਨ ਸਪੋਰਟਸ ਸਾਈਕੋਲੋਜੀ, ਡਿਸਕਸ ਸਾਈਕੋਲੋਜੀਕਲ ਫੈਕਟਰਸ ਇਫੈਕਟਿੰਗ ਫਿਜ਼ੀਕਲ ਪਰਫੋਰਮੈਂਸ, ਸਿੱਖਿਆ ਕੀ ਹੈ, ਇਹ ਤੋਂ ਵੱਕਰ ਸਥਾ ਵਾਲੇ ਆ ਗਿਆ ਦੁਬਾਰਾ, ਇਹ ਮੈਂ ਜਿਹਨੂੰ ਮੈਂ ਕਿਹਾ ਮੈਂ ਜਸਟ ਇੱਕ ਵਾਰ ਰੀਡਿੰਗ ਕਰ ਲਓ। ਅੱਗੇ ਹੈ ਯੂਨਿਟ ਸੈਕਿੰਡ ਦੇ ਵਿੱਚੋਂ, ਹਾਂਜੀ ਇਹ 'ਚੋਂ ਆਪਾਂ ਦੱਸਦੇ ਤੁਹਾਨੂੰ ਕਿਹੜਾ ਕਰਨਾ, ਸਰੀਰਕ ਸਿੱਖਿਆ ਅਤੇ ਖੇਡਾਂ ਵਿੱਚ ਪ੍ਰੇਰਣਾ ਦੇ ਤਰੀਕਿਆਂ ਅਤੇ ਮਹੱਤਵ ਦੱਸਣਾ, ਪ੍ਰੇਰਣਾ ਕੀ ਹੁੰਦੀ ਹੈ, ਮੋਟੀਵੇਸ਼ਨ, ਡਿਸਕਸ ਮੈਥਡਸ ਐਂਡ ਇੰਪੋਰਟੈਂਸ ਆਫ ਮੋਟੀਵੇਸ਼ਨ ਇਨ ਫਿਜ਼ੀਕਲ ਐਜੂਕੇਸ਼ਨ ਐਂਡ ਸਪੋਰਟਸ, ਫਿਜ਼ੀਕਲ ਐਜੂਕੇਸ਼ਨ ਅਤੇ ਸਪੋਰਟਸ ਦੇ ਵਿੱਚ ਮੋਟੀਵੇਸ਼ਨ ਦੀ ਕੀ ਇੰਪੋਰਟੈਂਸ ਆ, ਕੀ ਮੈਥਡਸ ਨੇ ਇਹਦੇ ਬਾਰੇ ਦੱਸਣਾ,
ਅਤੇ ਜਿਹੜਾ ਇਹ ਵਾਲਾ ਵਾਰ ਵਾਰ ਰਿਪੀਟ ਹੋਇਆ ਹੋਇਆ ਸਿਖਲਾਈ, ਇਹਨੂੰ ਸਿੱਖਿਆ ਬਦਲੀ ਵੀ ਕਹਿ ਦਿੰਦੇ ਨੇ, ਸਿਖਲਾਈ ਨੂੰ ਸਿੱਖਿਆ ਬਦਲੀ ਵੀ ਕਹਿ ਦਿੰਦੇ ਨੇ। ਸਿਖਲਾਈ ਦੇ ਤਬਾਦਲੇ ਨੂੰ ਪ੍ਰਭਾਵਿਤ ਕਰੋ, ਇਹ ਵੀ ਪਲੱਸ ਟੂ ਦੇ ਵਿੱਚ ਤੁਸੀਂ ਪੜ੍ਹਿਆ ਹੋਣਾ ਫਿਜ਼ੀਕਲ ਐਜੂਕੇਸ਼ਨ ਦੇ ਵਿੱਚ। ਸਿਖਲਾਈ ਦੇ ਤਬਾਦਲੇ ਨੂੰ ਪ੍ਰਭਾਵਿਤ ਕਰਨ ਵਾਲੇ ਕਾਰਕਾਂ ਦੀ ਚਰਚਾ ਕਰਨੀ ਆ। ਡਿਫਾਈਨ ਟ੍ਰਾਂਸਫਰ ਆਫ ਟ੍ਰੇਨਿੰਗ, ਡਿਫਾਈਨ ਟ੍ਰਾਂਸਫਰ ਆਫ ਟ੍ਰੇਨਿੰਗ, ਡਿਸਕਸ ਫੈਕਟਰਸ ਅਫੈਕਟਿੰਗ ਟ੍ਰਾਂਸਫਰ ਆਫ ਟ੍ਰੇਨਿੰਗ 23 ਦੇ ਵਿੱਚ, 2018 ਦੇ ਵਿੱਚ, 17 ਐਂਡ 15 ਦੇ ਵਿੱਚ ਆਇਆ ਹੋਇਆ ਕੁਸ਼ਚਨ। ਨੈਕਸਟ ਹੈਗਾ ਪ੍ਰੇਰਨਾ ਦੇ ਅਰਥ ਅਤੇ ਕਿਸਮਾਂ ਨੂੰ ਵਿਸਥਾਰ ਦੇ ਵਿੱਚ ਲਿਖਣਾ। ਰਾਈਟ ਦਾ ਮੀਨਿੰਗ ਐਂਡ ਟਾਈਪਸ ਆਫ ਮੋਟੀਵੇਸ਼ਨ ਇਨ ਡਿਟੇਲ 22 ਦੇ ਵਿੱਚ, 29 ਦੇ ਵਿੱਚ, 16 ਐਂਡ 15 ਦੇ ਵਿੱਚ ਆਇਆ ਹੋਇਆ। ਸਿਖਲਾਈ ਦੇ ਤਬਾਦਲੇ ਨੂੰ ਪ੍ਰਭਾਸ਼ਿਤ ਕਰਨਾ, ਸਿਖਲਾਈ ਦੇ ਤਬਾਦਲੇ ਦੇ ਕਿਸਮਾਂ, ਠੀਕ ਹੈ। ਇੱਥੇ ਸੀ ਇਹਨਾਂ ਨੂੰ ਪ੍ਰਭਾਵਿਤ ਕਰਨ ਵਾਲੇ ਫੈਕਟਰ, ਇੱਥੇ ਆ ਗਏ ਇਹਨਾਂ ਦੇ ਕਿਸਮਾਂ। ਡਿਫਾਈਨ ਟ੍ਰਾਂਸਫਰ ਆਫ ਟ੍ਰੇਨਿੰਗ, ਰਾਈਟ ਦਾ ਟਾਈਪਸ ਆਫ ਟ੍ਰਾਂਸਫਰ ਆਫ ਟ੍ਰੇਨਿੰਗ ਇਨ ਡਿਟੇਲ, ਮਤਲਬ ਕਿ ਤੁਸੀਂ ਇਹਦੇ ਵਿੱਚੋਂ ਇਹ ਵਾਲੇ ਕੁਸ਼ਚਨ ਚੰਗੇ ਢੰਗ ਨਾਲ ਕਰ ਲੈਣਾ। ਇੱਕ ਤਾਂ ਸਿਖਲਾਈ ਤਬਾਦਲਾ, ਠੀਕ ਹੈ, ਸਿਖਲਾਈ ਦਾ ਤਬਾਦਲਾ ਕੀ ਹੈ, ਇਹਦੀ ਪਰਿਭਾਸ਼ਾ ਕਰਨੀ ਹੈ, ਅਤੇ ਇੱਕ ਇਹਨੂੰ ਪ੍ਰਭਾਵਿਤ ਕਰਨ ਵਾਲੇ ਕਾਰਕ, ਅਤੇ ਇੱਕ ਇਹਦੀਆਂ ਕਿਸਮਾਂ, ਇਹ ਕੁਸ਼ਚਨ ਪੱਕਾ ਕਰਨਾ। ਅਤੇ ਇੱਕ ਮੋਟੀਵੇਸ਼ਨ ਕੀ ਹੈ, ਪ੍ਰੇਰਨਾ ਕੀ ਹੈ, ਮੋਟੀਵੇਸ਼ਨ ਦੇ ਟਾਈਪਸ, ਅਤੇ ਫਿਜ਼ੀਕਲ ਐਜੂਕੇਸ਼ਨ ਅਤੇ ਜਿਹੜੇ ਕਿ ਸਪੋਰਟਸ ਦੇ ਵਿੱਚ ਮੋਟੀਵੇਸ਼ਨ ਦੀ ਕੀ ਇੰਪੋਰਟੈਂਟਸ ਆ, ਇਹ ਚਾਰੇ ਕੁਸ਼ਚਨ ਤੁਸੀਂ ਪੱਕੇ ਕਰ ਲਓ ਯੂਨਿਟ ਸੈਕਿੰਡ ਦੇ ਲਈ, ਠੀਕ ਹੈ। ਇਹਨਾਂ ਦੇ ਵਿੱਚੋਂ ਹੀ ਆ ਜਾਂਦਾ, ਫਿਰ ਤੋਂ ਵਧੀਆ ਪੁੱਛ ਲਿਆ, ਮਤਲਬ ਕਿ ਟਾਈਪਸ ਉਹ ਪਹਿਲੇ ਕੁਸ਼ਚਨ 'ਚ ਆ ਗਿਆ। ਹਾਂਜੀ, ਅੱਗੇ ਹੈ ਯੂਨਿਟ ਥਰਡ ਦੇ ਵਿੱਚ, ਸ਼ਖਸੀਅਤ ਦੀਆਂ ਵਿਸ਼ੇਸ਼ਤਾਵਾਂ ਦੱਸਣੀਆਂ ਨੇ, ਸ਼ਖਸੀਅਤ ਦੀਆਂ ਵਿਸ਼ੇਸ਼ਤਾਵਾਂ। ਅਤੇ ਇੱਕ ਇਹ ਵੀ ਹੈ ਸਟੂਡੈਂਟਸ ਕਿ ਇਹਦੇ ਵਿੱਚੋਂ ਕੁਸ਼ਚਨ ਇੱਕ ਤਾਂ ਪ੍ਰੇਰਣਾ ਵਾਲੇ ਚੈਪਟਰ 'ਚੋਂ ਆਜੂਗਾ, ਠੀਕ ਹੈ, ਇੱਕ ਸਿਖਲਾਈ ਦੇ ਤਬਾਦਲੇ ਵਾਲੇ 'ਚੋਂ ਆਜੂਗਾ। ਜੇ ਤੁਸੀਂ ਇਹ 'ਚੋਂ ਇੱਕ ਵੀ ਕਰ ਲਓ ਤਾਂ ਬਹੁਤ ਵਧੀਆ ਗੱਲ ਹੈ, ਠੀਕ ਹੈ ਨਾ, ਇੱਕ ਵੀ ਚੰਗੇ ਢੰਗ ਨਾਲ ਕਰ ਲਓ। ਜਿਵੇਂ ਪ੍ਰੇਰਣਾ ਵਾਲਾ ਸਾਰਾ ਟੋਪਿਕ ਕਰ ਲਓ, ਪ੍ਰੇਰਣਾ ਦੀਆਂ ਕਿਸਮਾਂ, ਠੀਕ ਆ, ਪ੍ਰੇਰਣਾ ਦੀ ਮਹੱਤਤਾ, ਪ੍ਰੇਰਣਾ ਹੈ ਕੀ, ਮੋਟੀਵੇਸ਼ਨ ਹੈ ਕੀ, ਇਹ ਵਾਲਾ ਕਰ ਲਓ। ਜਾਂ ਫਿਰ ਤੁਸੀਂ ਮੋਟੀਵੇਸ਼ਨ ਵਾਲੇ ਟੋਪਿਕ ਨੂੰ ਛੱਡ ਕੇ ਸਿਖਲਾਈ ਦਾ ਤਬਾਦਲਾ ਹੈ ਕੀ, ਇਹਦੀ ਪਰਿਭਾਸ਼ਾ, ਠੀਕ ਹੈ, ਇਹਦੇ ਕੀ ਫੈਕਟਰਸ ਨੇ ਅਤੇ ਕੀ ਇਹਦੇ ਜਿਹੜੇ ਕਿ ਕਿਸਮਾਂ ਨੇ, ਇਹ ਕਰ ਲਓ ਫਿਰ। ਓਕੇ, ਯੂਨਿਟ ਥਰਡ ਦੇ ਵਿੱਚ ਸ਼ਖਸੀਅਤ ਦੇ ਵਿਸ਼ੇਸ਼ਤਾਵਾਂ, ਪਰਸਨੈਲਿਟੀ, ਡਿਸਕਸ ਦਾ ਕਰੈਕਟਰਿਸਟਿਕਸ, ਡਾਇਮੈਂਸ਼ਨਸ ਐਂਡ ਟ੍ਰੇਟ ਆਫ ਪਰਸਨੈਲਿਟੀ, ਪਰਿਮਾਪ ਅਤੇ ਇਹਦੇ ਗੁਣਾਂ ਦੀ ਚਰਚਾ। ਸ਼ਖਸੀਅਤ ਵਾਲਾ ਚੈਪਟਰ ਤੁਸੀਂ ਕਰ ਲਓ ਯੂਨਿਟ ਥਰਡ ਦੇ ਲਈ। ਸ਼ਖਸੀਅਤ ਦੇ ਵਿਕਾਸ ਵਿੱਚ ਸਰੀਰਕ ਗਤੀਵਿਧੀਆਂ, ਵਿਅਕਤੀਤਵ ਦੀ ਭੂਮਿਕਾ, 2023, 22, 21, 2019 ਦੇ ਵਿੱਚ ਆਇਆ ਹੈ। ਡਿਸਕਸ ਰੋਲ ਆਫ ਫਿਜ਼ੀਕਲ ਐਕਟੀਵਿਟੀਜ਼ ਇਨ ਪਰਸਨੈਲਿਟੀ ਡਿਵੈਲਪਮੈਂਟ। ਸ਼ਖਸੀਅਤ ਨੂੰ ਵਿਅਕਤੀਤਵ ਵੀ ਕਹਿ ਦਿੰਦੇ ਨੇ, ਓਕੇ, ਪੰਜਾਬੀ ਦੇ ਵਿੱਚ। ਸ਼ਖਸੀਅਤ ਦੇ ਵਿਕਾਸ ਨੂੰ ਪ੍ਰਭਾਵਿਤ ਕਰਨ ਵਾਲੇ ਜਿਹੜੇ ਕਿ ਵੰਸ਼ਕਾਰੀ ਕਾਰਕ, ਇਹ ਵੀ ਤੁਸੀਂ ਵੈਸੇ ਪੜ੍ਹਿਆ ਵੀ ਹੁੰਦਾ ਪਹਿਲਾਂ, 2021, 18 ਐਂਡ 17 ਦੇ ਵਿੱਚ ਆਇਆ ਹੋਇਆ। ਡਿਸਕਸ ਦਾ ਮੇਨ ਹੈਰੀਡਿਟੀ ਫੈਕਟਰਸ ਅਫੈਕਟਿੰਗ ਡਿਵੈਲਪਮੈਂਟ ਆਫ ਪਰਸਨੈਲਿਟੀ ਇਨ ਡਿਟੇਲ। ਅੱਗੇ ਹੈਗਾ ਗੇਮਾਂ ਅਤੇ ਖੇਡਾਂ ਸਮਾਜੀਕਰਨ ਲਈ ਮੰਚ ਪ੍ਰਦਾਨ ਕਰਦੀਆਂ ਨੇ, ਵਿਸਥਾਰ ਦੇ ਵਿੱਚ ਚਰਚਾ ਕਰਨੀ ਹੈ। ਗੇਮਸ ਐਂਡ ਸਪੋਰਟਸ ਪ੍ਰੋਵਾਈਡ ਪਲੇਟਫਾਰਮ ਫੋਰ ਸੋਸ਼ਲਾਈਜੇਸ਼ਨ, ਡਿਸਕਸ ਇਨ ਡਿਟੇਲ। ਸਮਾਜੀਕਰਨ ਦੀ ਪਰਿਭਾਸ਼ਾ, ਖੇਡਾਂ ਦੇ ਮਾਧਿਅਮ ਤੋਂ ਸਮਾਜੀਕਰਨ ਕਿਵੇਂ ਸੰਭਵ ਹੈ। ਡਿਫਾਈਨ ਸੋਸ਼ਲਾਈਜੇਸ਼ਨ, ਹਾਓ ਸੋਸ਼ਲਾਈਜੇਸ਼ਨ ਇਜ਼ ਪੋਸੀਬਲ ਥਰੂ ਸਪੋਰਟਸ। ਗੇਮਸ ਐਂਡ ਸਪੋਰਟਸ ਹੈਲਪ ਇਨ ਸੋਸ਼ਲਾਈਜੇਸ਼ਨ ਐਕਸਪਲੇਨ, ਮਤਲਬ ਕਿ ਇਹਦੇ ਵਿੱਚੋਂ ਯੂਨਿਟ ਜਿਹੜਾ ਹੈਗਾ ਥਰਡ, ਇਹਦੇ ਵਿੱਚ ਤੁਸੀਂ ਸ਼ਖਸੀਅਤ ਵਾਲਾ ਚੈਪਟਰ ਕਰ ਲਓ ਬਸ। ਸ਼ਖਸੀਅਤ ਦੀਆਂ ਇਹ ਦੋਨੇ ਕੁਸ਼ਚਨ ਵਾਰ ਵਾਰ ਆਏ ਹੋਏ ਨੇ, ਤੁਸੀਂ ਦੇਖ ਸਕ ਚੈੱਕ ਕਰ ਸਕਦੇ ਹੋ। ਸ਼ਖਸੀਅਤ ਦੇ ਵਿਸ਼ੇਸ਼ਤਾਵਾਂ, ਪਰਿਮਾਪ ਅਤੇ ਗੁਣਾਂ ਦੀ ਵਿਆਖਿਆ, ਸਰੀਰ ਗਤੀਵਿਧੀਆਂ ਦੀ ਵਿਆਖਿਆ, ਠੀਕ ਹੈ, ਅਤੇ ਇੱਕ ਇਹਨੂੰ ਜਸਟ ਇੱਕ ਵਾਰ ਰੀਡ ਕਰ ਲੈਣਾ। ਪ੍ਰਭਾਵਿਤ ਕਰਨ ਵਾਲੇ ਕਾਰਕ, ਵੰਸ਼ਕਾਰੀ, ਵੈਸੇ ਇਹ ਵੀ ਰਿਪੀਟ ਹੋਣ ਦੇ ਪੂਰੇ ਪੂਰੇ ਚਾਂਸਸ ਹੁੰਦੇ ਨੇ ਕੁਸ਼ਚਨ, ਮਤਲਬ ਕਿ ਇਹ ਤਿੰਨੇ ਕੁਸ਼ਚਨ ਕਰ ਲਓ ਸ਼ਖਸੀਅਤ ਵਾਲੇ ਚੈਪਟਰ ਦੇ, ਇਹ ਤਿੰਨੇ ਕੁਸ਼ਚਨ।
ਯੂਨਿਟ ਥਰਡ ਦੇ ਲਈ। ਨੈਕਸਟ ਹੈਗਾ ਯੂਨਿਟ ਫੋਰਥ। ਯੂਨਿਟ ਫੋਰਥ ਦੇ ਵਿੱਚ ਹੈਗਾ ਖੇਡਾਂ ਨੂੰ, ਜਿਹੜੇ ਬਾਕੀ ਕੁਐਸਚਨਸ ਨੇ ਇਹਨਾਂ ਨੂੰ ਜਸਟ ਇੱਕ ਵਾਰ ਰੀਡਿੰਗ ਕਰ ਲਿਓ, ਠੀਕ ਹੈ, ਉਹਨਾਂ ਨੂੰ ਪੱਕੇ ਤੌਰ 'ਤੇ ਕਰ ਲੈਣਾ, ਇਹਨਾਂ ਨੂੰ ਜਸਟ ਇੱਕ ਵਾਰ ਰੀਡਿੰਗ ਕਰ ਲੈਣਾ ਕਿਉਂਕਿ ਸ਼ੋਰਟ ਕੁਐਸਚਨ ਵੀ ਆਉਂਦੇ ਹੁੰਦੇ ਨੇ ਨਾ ਫਿਰ। ਹਾਂਜੀ, ਫੋਰਥ ਯੂਨਿਟ ਦੇ ਵਿੱਚ ਖੇਡਾਂ ਨੂੰ ਉਤਸ਼ਾਹਿਤ ਕਰਨ ਵਿੱਚ ਮੀਡੀਆ ਦੀ ਭੂਮਿਕਾ, ਡਿਸਕਸ ਰੋਲ ਆਫ ਮੀਡੀਆ ਇਨ ਪ੍ਰਮੋਸ਼ਨ ਆਫ ਸਪੋਰਟਸ 2023-18 and 2017 ਦੇ ਵਿੱਚ ਆਇਆ ਹੋਇਆ ਇਹ। ਅੱਗੇ ਹੈਗਾ ਸੋਫਟਬੋਲ ਗੇਮ ਦੇ ਬੁਨਿਆਦੀ ਸਿਧਾਂਤ ਅਤੇ ਇਹਦਾ ਇਤਿਹਾਸ ਸੋਫਟਬੋਲ ਦਾ 2023-22, 1918-16 ਦੇ ਵਿੱਚ ਆਇਆ ਹੋਇਆ। ਬੇਸਿਕ ਫੰਡਾਮੈਂਟਲਸ ਆਫ ਸੋਫਟਬੋਲ ਗੇਮ। ਖੇਡਾਂ ਅਤੇ ਖੇਡਾਂ ਦੇ ਪ੍ਰਚਾਰ ਵਿੱਚ ਰਾਜਨੀਤੀ ਦੀ ਭੂਮਿਕਾ ਅਤੇ ਅਰਥਵਿਵਸਥਾ ਦੀ 2022-21 and 2019 ਦੇ ਵਿੱਚ ਆਇਆ ਹੋਇਆ। ਡਿਸਕਸ ਦਾ ਰੋਲ ਆਫ ਪੋਲੀਟਿਕਸ ਇਨ ਪ੍ਰਮੋਸ਼ਨ ਆਫ ਗੇਮਸ ਐਂਡ ਸਪੋਰਟਸ। ਸੋਫਟਬੋਲ ਵਾਲਾ ਫਿਰ ਤੋਂ ਆ ਗਿਆ, ਇਹਦੇ ਬੁਨਿਆਦੀ ਤੱਤ ਅਤੇ ਇਹਦੇ ਟੂਰਨਾਮੈਂਟ ਪੁੱਛ ਲਏ ਹੁਣ 21 and 17 ਦੇ ਵਿੱਚ। ਡਿਸਕਸ ਅਬਾਊਟ ਦਾ ਬੇਸਿਕ ਫੰਡਾਮੈਂਟਲ ਐਂਡ ਮੇਜਰ ਟੂਰਨਾਮੈਂਟ ਆਫ ਦਾ ਗੇਮ ਸੋਫਟਬੋਲ ਇਨ ਡਿਟੇਲ। ਮਤਲਬ ਕਿ ਇਹਦੇ ਵਿੱਚ ਤੁਸੀਂ ਜਾਂ ਤਾਂ ਸੋਫਟਬੋਲ ਵਾਲਾ ਚੈਪਟਰ ਕਰ ਲਓ, ਜਾਂ ਫਿਰ ਖੇਡਾਂ ਦੇ ਵਿੱਚ ਮੀਡੀਆ ਦੀ ਕੀ ਭੂਮਿਕਾ, ਅਰਥਵਿਵਸਥਾ ਦੀ ਕੀ ਭੂਮਿਕਾ, ਠੀਕ ਹੈ, ਇਹ ਵਾਲਾ ਕੁਐਸਚਨ ਕਰ ਲਓ, ਰਾਜਨੀਤੀ ਦੀ ਕੀ ਭੂਮਿਕਾ ਇਹ ਕਰ ਲਓ, ਜਾਂ ਫਿਰ ਤੁਸੀਂ ਸੋਫਟਬੋਲ ਕਰ ਲਓ, ਸੋਫਟਬੋਲ ਦੇ ਨਿਯਮ, ਇਹਦਾ ਇਤਿਹਾਸ, ਠੀਕ ਹੈ, ਇਹਦੇ ਟੂਰਨਾਮੈਂਟ। ਹੁਣ ਇਹ ਦੋਨਾਂ ਚੈਪਟਰਾਂ ਦੇ ਵਿੱਚੋਂ ਇੱਕ ਚੈਪਟਰ ਕਰ ਲਓ ਅਤੇ ਦੂਜੇ ਨੂੰ ਜਸਟ ਇੱਕ ਵਾਰ ਰੀਡਿੰਗ ਕਰ ਲਓ, ਠੀਕ ਹੈ। ਇਹ ਸੀ ਫੋਰਥ ਯੂਨਿਟ ਦਾ। ਹੁਣ ਆਪਾਂ ਕਰਦੇ ਹਾਂ ਤੁਹਾਡੇ ਸ਼ੋਰਟ ਜਿਹੜੇ ਵਾਰ ਵਾਰ ਰਿਪੀਟ ਹੋਏ ਹੋਏ ਨੇ 21 ਦੇ ਵਿੱਚ, ਇਹਦੇ ਵਿੱਚੋਂ ਹੀ 17 ਦੇ ਵਿੱਚ, 19-18 ਦੇ ਵਿੱਚ ਤੁਸੀਂ ਚੈੱਕ ਕਰ ਸਕਦੇ ਹੋ। ਦਰਜ ਸਥਿਤੀ, ਭੂਮਿਕਾ, ਸੈਕਟ, ਮਾਨਦੰਡ, ਸਮਾਜਿਕ ਤਬਦੀਲੀ ਦੀਆਂ ਵਿਸ਼ੇਸ਼ਤਾਵਾਂ, ਸਮਾਜਿਕ ਸੰਰਚਨਾ ਵੀ ਕਹਿ ਲੈਂਦੇ ਨੇ ਇਹਨੂੰ, ਧਾਰਮਿਕ ਅਵਸਥਾ, ਵਿਕਾਸ, ਡਿਵੈਲਪਮੈਂਟ, ਸਿੱਖਿਆ ਅਤੇ ਸਮਾਜਿਕ ਤਬਦੀਲੀ, ਸਮਾਜਿਕ ਤਬਦੀਲੀ ਨੂੰ ਪ੍ਰਭਾਵਿਤ ਕਰਨ ਵਾਲੀ ਉੱਚ ਉਪਜਾਊ ਸ਼ਕਤੀ, ਵਟਾਂਦਰਾ ਪ੍ਰਣਾਲੀ, ਸੰਸਕ੍ਰਿਤੀਕਰਨ, ਧਰਮ ਨਿਰਪੱਖਤਾ 19 and 17 ਦੇ ਵਿੱਚ ਵੀ ਆਇਆ ਹੋਇਆ ਅਤੇ 21 'ਚ ਵੀ ਆਇਆ ਹੋਇਆ ਇਹ। ਆਧੁਨਿਕਰਨ 21 'ਚ 19-18 ਦੇ ਵਿੱਚ। ਅੱਗੇ ਜਿਹੜੇ 22 ਦੇ ਵਿੱਚ ਆਏ ਹੋਏ ਨੇ ਬਟ ਹੋਰਾਂ 'ਚ ਵੀ ਆਏ ਹੋਏ ਨੇ, ਸਮਾਜਿਕ ਬਣਤਰ 18 and 23 ਦੇ ਵਿੱਚ, ਪ੍ਰਤਿਸ਼ਠਾ 19 and 17 ਦੇ ਵਿੱਚ, 22 'ਚ ਵੀ ਆਇਆ ਹੋਇਆ। ਦਲ ਭੂਮਿਕਾ, ਸਮਾਜਿਕ ਤਬਦੀਲੀ ਦੀਆਂ ਵਿਸ਼ੇਸ਼ਤਾਵਾਂ, ਵਿਕਾਸਵਾਦ, ਇਨਕਲਾਬ ਦੇ ਦੋ ਕਾਰਨ, ਸਮਾਜਿਕ ਤਬਦੀਲੀ ਦੇ ਕਾਰਕ ਵਜੋਂ ਨੈਤਿਕਤਾ, ਵਿਗਿਆਨ ਅਤੇ ਸਮਾਜਿਕ ਤਬਦੀਲੀ, ਸਮਾਜਿਕ ਤਬਦੀਲੀ ਦਾ ਆਰਥਿਕ ਕਾਰਕ, ਪੱਛਮੀਕਰਨ ਦੇ ਦੋ ਨਤੀਜੇ, ਵਿਸ਼ਵੀਕਰਨ, ਸੰਸਕ੍ਰਿਤੀਕਰਨ 17 ਦੇ ਵਿੱਚ। 19 and 2017 ਦੇ ਵਿੱਚ ਜਿਹੜੇ ਆਏ ਹੋਏ ਨੇ, ਸਮਾਜਿਕ ਸੰਰਚਨਾ, ਸਮਾਜਿਕ ਸੰਸਥਾ, ਸ਼ਕਤੀ ਪਾਵਰ ਦੀ ਵਿਸ਼ੇਸ਼ਤਾਵਾਂ, ਕਰੈਕਟਰਿਸਟਿਕਸ, ਵਿਸ਼ੇਸ਼ਤਾਵਾਂ ਨੂੰ ਲੱਛਣ ਵੀ ਕਹਿ ਰਹੇ ਨੇ, ਪ੍ਰਗਤੀ, ਪ੍ਰੋਗਰੈਸ, ਵਿਕਾਸ, ਕਰਮ ਵਿਕਾਸ, ਕੰਮ 'ਤੇ 17 ਦੇ ਵਿੱਚ, ਲਿੰਗ ਅਨੁਪਾਤ, ਕ੍ਰਿਸ਼ਮਈ ਅਧਿਕਾਰ, ਅਥਾਰਟੀ 17 ਦੇ ਔਰ 19 ਦੇ ਵਿੱਚ। 18 'ਚ ਜਿਹੜੇ ਆਏ ਹੋਏ ਨੇ, ਮੁੱਲ, ਸਥਿਤੀ, ਸੈੱਟ, ਭੂਮਿਕਾ, ਸੰਘਰਸ਼, ਪੱਛਮੀਕਰਨ, ਸਮਾਜਿਕ ਤਬਦੀਲੀ, ਕ੍ਰਾਂਤੀ, ਜਨਸੰਖਿਅਕ ਲਾਭਅੰਸ਼, ਜੋ ਵਿਧਾਨ ਜੋ ਭਾਰਤੀ ਸਮਾਜ ਵਿੱਚ ਬਦਲਾਅ ਲਿਆਉਂਦੇ ਨੇ, ਮਾਈਗ੍ਰੇਸ਼ਨ 17 ਦੇ ਵਿੱਚ, ਜਨਸੰਖਿਅਕ ਵਿਗਿਆਨ, ਡੈਮੋਗ੍ਰਾਫੀ। ਸੋ ਇਹ ਸੀ ਤੁਹਾਡੇ ਫਿਜ਼ੀਕਲ ਦੇ ਇੰਪੋਰਟੈਂਟ ਕੁਐਸਚਨਸ, ਫਿਜ਼ੀਕਲ ਐਜੂਕੇਸ਼ਨ ਦੇ। ਥੈਂਕਸ।